ਹੁਸ਼ਿਆਰਪੁਰ نیوز ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਚੇਤਨ ਕਸ਼ਪ। ਹੁਸ਼ਿਆਰਪੁਰ نیوز ਦੀ ਟੀਮ ਇਸ ਸਮੇਂ ਮੌਜੂਦ ਹੈ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਪਿੰਡ ਟੱਕੋਂ ਵਿਖੇ ਜਿੱਥੇ ਕਿ ਇੱਕ ਨੌਜਵਾਨ ਗੁਰਵਿੰਦਰ ਸਿੰਘ ਵੱਲੋਂ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਵੀ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਗਿਆ ਏ। ਸਾਡੇ ਨਾਲ ਇਸ ਸਮੇਂ ਖੁਦ ਗੱਲਬਾਤ ਕਰਨ ਲਈ ਮੌਜੂਦ ਨੇ ਗੁਰਵਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਵੀ ਉਹਨਾਂ ਵੱਲੋਂ ਖੇਤੀਬਾੜੀ ਦੇ ਧੰਦੇ 'ਚ ਹੀ ਕਿਉਂ ਦਿਲਚਸਪੀ ਦਿਖਾਈ ਗਈ ਹੈ ਤੇ ਸਭ ਤੋਂ ਪਹਿਲਾ ਸਵਾਲ ਹੈ ਕਿ ਤਕਨੀਕੀ ਸਿੱਖਿਆ ਤੁਸੀਂ ਸਰ ਹਾਸਲ ਕੀਤੀ ਹੈ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਪਰ ਫੇਰ ਵੀ ਤੁਸੀਂ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਕੀ ਕਾਰਨ ਹੈ ਸਭ ਤੋਂ ਪਹਿਲਾਂ ਤਾਂ ਹਿਸ਼ਾਰਪੁਰ ਨਵੀਂ ਦੀ ਪੂਰੀ ਟੀਮ ਦਾ ਧੰਨਵਾਦ ਜੀ ਸਰ ਇਹਦੇ ਵਿੱਚ ਅੱਜ ਕੱਲ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਸਰਕਾਰੀ ਨੌਕਰੀ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਨੌਕਰੀ ਦਾ ਕੋਈ ਵੀ ਸਕੋਪ ਨਹੀਂ ਰਿਹਾ ਜੀ ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਫਰਮਾਂ ਨੇ ਉਹ 5000 ਤੋਂ ਲੈ ਕੇ 10000 12000 ਰੁਪਇਆ ਇੱਕ ਮੁਲਾਜ਼ਮ ਨੂੰ ਦੁੰਦੀਆਂ ਨੇ ਔਰ 24 ਘੰਟੇ ਉਹਦਾ ਖੂਨ ਨਿਚੋੜਦੀਆਂ ਜੀ ਸਾਡੇ ਪੇਰੇਂਟਸ ਸ਼ੁਰੂ ਤੋਂ ਖੇਤੀ ਕਰ ਰਹੇ ਸਗੇ ਤੇ ਉਹਨਾਂ ਨਾਲ ਅਸੀਂ ਵੀ ਖੇਤੀ ਦੇ ਵਿੱਚ ਹੱਥ ਵਟਾਉਂਦੇ ਸਗੇ ਜੀ ਰਵਾਇਤੀ ਖੇਤੀ ਦੇ ਵਿੱਚ ਵਾਰ-ਵਾਰ ਉਹੀ ਫਸਲਾਂ ਬੀਜੀ ਜਾਣ ਦੇ ਨਾਲ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਹੋ ਰਿਹਾ ਸਗਾ ਜੀ ਤੇ ਇੱਕ ਆਮਦਨ ਦਾ ਕੋਈ ਪੱਕਾ ਜਰੀਆ ਨਹੀਂ ਹੈਗਾ ਕਿਸਾਨ ਮੰਡੀਆਂ ਤੇ ਆੜਤੀਆਂ ਦੇ ਉੱਪਰ ਡਿਪੈਂਡ ਹੈ ਜੀ ਇਹ ਸਾਰੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਅਸੀਂ ਸਾਰੇ ਹੀ ਤਰ੍ਹਾਂ ਦੇ ਨਾਲ ਖੇਤੀਬਾੜੀ ਵਿਭਾਗੇ ਜਾਂ ਕੋਈ ਹੋਰ ਜਿਹੜੇ ਮਾਹਰ ਕਿਸਾਨ ਸੀ ਉਹਨਾਂ ਦੀ ਸਲਾਹ ਲੈਣ ਤੋਂ ਬਾਅਦ ਅਸੀਂ ਪਿਆਜ਼ਾਂ ਦੀ ਖੇਤੀ ਨੂੰ ਅਪਣਾਇਆ ਜੀ ਔਰ ਅਸੀਂ ਜਿੰਨੇ ਟਾਈਮ ਤੋਂ ਵੀ ਹੁਣ ਪਿਆਜ਼ਾਂ ਦੀ ਖੇਤੀ ਕਰ ਰਹੇ ਆਂ ਔਰ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਜੀ ਸਰ ਕੀ ਖਰਚ ਆਂਦਾ ਵਾ ਤੇ ਕੀ ਲਾਗਤ ਆਂਦੀ ਐ ਇਸ ਖੇਤੀ ਦੇ ਔਰ ਕੀ ਤੁਹਾਨੂੰ ਇਹਦੀ ਫਿਰ ਆਮਦਨ ਹੁੰਦੀ ਐ ਜਿਹੜੀ ਪਿਆਜ਼ ਦੀ ਫਸਲ ਐ ਜੀ ਇਹ ਮਜ਼ਦੂਰੀ ਦੇ ਨਾਲ ਭਰੀ ਪਈ ਫਸਲ ਐ ਜੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਦਾ ਸਾਰਾ ਇਹ ਕੰਮ ਜਿਹੜਾ ਐ ਉਹ ਮਜ਼ਦੂਰਾਂ ਦੇ ਨਾਲ ਹੀ ਹੁੰਦਾ ਐ ਜੀ ਬਾਕੀ ਫਸਲਾਂ ਵਾਂਗ ਨੂੰ ਨਹੀਂ ਕਿ ਡਰਿੱਲ ਨਾਲ ਬੀਜ ਕੇ ਤੇ ਕੰਬਾਈਨ ਨਾਲ ਵੱਢ ਕੇ ਮੰਡੀ ਚਲੇਗਾ ਜੀ ਪਨੀਰੀ ਬੀਜਣ ਤੋਂ ਲੈ ਕੇ ਬੋਰੇ ਭਰ ਕੇ ਵੇਚਣ ਤੱਕ ਦਾ ਸਾਰਾ ਇਹ ਕੰਮ ਜਿਹੜਾ ਆ ਉਹ ਲੇਬਰ ਤੋਂ ਹੁੰਦਾ ਹੈ ਜੀ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ 60000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਪ੍ਰਤੀ ਏਕੜ ਦਾ ਖਰਚਾ ਹੈ ਜੀ ਔਰ ਖਰਚੇ ਤੁਸੀਂ ਵਧਾ ਘਟਾ ਸਕਦੇ ਹੋ ਅਗਰ ਤੁਸੀਂ ਵਿੱਚ ਉਹਦੇ ਖੁਦ ਥੋੜਾ ਕੰਮ ਖੁਦ ਕਰ ਲਓ ਤੇ ਥੋੜਾ ਕੰਮ ਲੇਬਰ ਤੋਂ ਕਰਵਾ ਲਓ ਜੀ ਜੇਕਰ ਇਹ ਆਮ ਪਿਆਜ਼ ਦੇ ਮੁਕਾਬਲੇ ਤੁਹਾਡੇ ਪਿਆਜ਼ ਨੂੰ ਦੇਖਿਆ ਹੋਵੇ ਸਾਈਜ਼ ਵਿੱਚ ਕਾਫੀ ਫਰਕ ਹੈ ਕਿਸ ਕਿਸਮ ਦਾ ਪਿਆਜ਼ ਹੈ ਜਿਹੜੀ ਤੁਹਾਡੇ ਵੱਲ ਖੇਤੀ ਕੀਤੀ ਜਾ ਰਹੀ ਹੈ ਪਿਆਜ਼ ਦੀ ਖੇਤੀ ਵਾਸਤੇ ਜਿਹੜੀ ਜ਼ਮੀਨ ਹੈ ਜੀ ਉਹ ਬਹੁਤ ਹੀ ਉਪਜਾਊ ਹੋਣੀ ਚਾਹੀਦੀ ਹੈ ਜੀ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਹੈ ਉਹ 6 ਔਰ 7 ਦੇ ਵਿਚਕਾਰ ਹੋਣਾ ਚਾਹੀਦਾ ਜੀ ਸਾਡੇ ਹਾਰਪੁਰ ਜ਼ਿਲ੍ਹੇ ਦੀ ਜਿਹੜੀ ਜ਼ਮੀਨ ਹੈ ਜੀ ਪਿਆਜ਼ ਦੀ ਖੇਤੀ ਲਈ ਬਹੁਤ ਹੀ ਵਧੀਆ ਮੰਨੀ ਗਈ ਤਾਂ ਨਹੀਂ ਕਹਿ ਸਕਦੇ ਆਪਾਂ ਲੇਕਿਨ ਸਾਡੇ ਵੱਲੋਂ ਅਸੀਂ ਉਪਰਾਲਾ ਕੀਤਾ ਤੇ ਸਾਨੂੰ ਲੱਗ ਰਿਹਾ ਕਿ ਪਿਆਜ਼ ਦੀ ਖੇਤੀ ਲਈ ਬਹੁਤ ਹੀ ਵਧੀਆ ਹੈ ਜੀ ਕਿਉਂਕਿ ਹੋਰ ਕਿਸਾਨ ਨਹੀਂ ਕਰ ਰਹੇ ਇਸ ਵਾਰ ਲੇਕਿਨ ਅਸੀਂ ਕਰ ਰਹੇ ਹਾਂ ਤਾਂ ਸਾਡੀ ਫਸਲ ਹੋਰ ਏਰੀਆ ਦੇ ਮੁਤਾਬਕ ਹੋਰ ਵੀ ਮੈਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਰਾਜਸਥਾਨ ਯੂਪੀ ਵਗੈਰਾ ਸਾਰੇ ਇਸ ਖੇਤੀ ਦੇ ਤਜਰਬੇ ਵਾਸਤੇ ਘੁੰਮੇ ਆ ਤੇ ਉੱਥੇ ਦੇ ਮੁਕਾਬਲੇ ਸਾਡੇ ਏਰੀਆ ਦੀ ਜਿਹੜੀ ਮਿੱਟੀ ਹੈ ਜੀ ਬਹੁਤ ਹੀ ਵਧੀਆ ਤੇ ਅਸੀਂ ਇੱਕ ਲਾਲ ਪਿਆਜ਼ ਦੀ ਕਿਸਮ ਹੈ ਜੀ ਜਿਹਦੀ ਆਪਾਂ ਖੇਤੀ ਕਰਦੇ ਹਾਂ ਜੀ ਤਕਨੀਕੀ ਸਿੱਖਿਆ ਜਿਵੇਂ ਕਿ ਤੁਸੀਂ ਦੱਸਿਆ ਹਾਸਲ ਕੀਤੀ ਹੋਈ ਹੈ باوجود ਇਸ ਦੇ ਤੁਸੀਂ ਖੇਤੀ ਬਾੜੀ ਦੇ ਧੰਦੇ 'ਚ ਆਏ ਹੋ ਪਰਿਵਾਰ ਵਾਲਿਆਂ ਦਾ ਕਿਹੋ ਜਿਹਾ ਸਹਿਯੋਗ ਰਹਿਸ ਵਿੱਚ ਪਰਿਵਾਰ ਵਾਲਿਆਂ ਦਾ ਜੀ ਮੈਨੂੰ 100% ਸਹਿਯੋਗ ਹੈ ਜੀ ਔਰ ਮੈਂ ਕੋਈ ਵੀ ਕੰਮ ਕਰਨ ਲੱਗਦਾ ਤੇ ਮੈਨੂੰ 100% ਐਪਰੀਸ਼ੀਏਟ ਕਰਦੇ ਆ ਜੀ ਔਰ ਮੇਤੋ ਛੋਟਾ ਬ੍ਰਦਰ ਹੈ ਜਾਂ ਸਾਡੇ ਵੱਡੇ ਭਾਈ ਜੀ ਹੁਣੀਏ ਨੇ ਉਹ ਸਾਨੂੰ ਕਦੇ ਵੀ ਉਹਨਾਂ ਨੇ ਸਾਨੂੰ ਕਿਸੇ ਵੀ ਕੰਮ ਲਈ ਮਨਾਂ ਨਹੀਂ ਕੀਤਾ ਔਰ ਜਿੰਨਾ ਵੀ ਉਹਨਾਂ ਵੱਲੋਂ ਟਾਈਮ 'ਚੋਂ ਟਾਈਮ ਕੱਢ ਕੇ ਹੈਲਪ ਹੁੰਦੀ ਆ ਅਸੀਂ ਸਾਰੇ ਹੀ ਪਰਿਵਾਰ ਵਾਲੇ ਇਕੱਠੇ ਮਿਲ ਕੇ ਇਹ ਸਾਰਾ ਕੰਮ ਕਰਦੇ ਆ ਜੀ ਜੋ ਪਿਆਜ਼ ਦੀ ਖੇਤੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹ ਗ੍ਰਾਹਕ ਲੱਗੇ ਹੋਏ ਨੇ ਇੱਥੇ ਜਾਂ ਮੰਡੀਕਰਨ ਵਿੱਚ ਕਿਦਾਂ ਤੁਸੀਂ ਮੰਡੀਕਰਨ ਕਰਦੇ ਖੇਤੀ ਦਾ ਮੰਡੀਕਰਨ ਦੀ ਸਮੱਸਿਆ ਸ਼ੁਰੂ-ਸ਼ੁਰੂ ਵਿੱਚ ਸਾਨੂੰ ਫੇਸ ਆਈ ਹੈ ਜੀ ਲੇਕਿਨ ਹੁਣ ਸਾਡੇ ਕੋਲ ਗ੍ਰਾਹਕ ਜਿਹੜੇ ਆ ਉਹ ਖੁਦ ਚੱਲ ਕੇ ਆਉਂਦੇ ਆ ਤੇ ਤਕਰੀਬਨ ਮੇਰੇ ਕੋਲ 2 2.5 ਮਹੀਨੇ ਤੋਂ ਐਡਵਾਂਸਡ ਬੁਕਿੰਗ ਵੀ ਹੋ ਰਹੀ ਆ ਪਿਆਜ਼ ਦੀ ਜਿਹਦੇ ਵਿੱਚ ਬਲਾਚੌਰ ਨਵਾਂ ਸ਼ਹਿਰ ਲੁਧਿਆਣਾ ਫਗਵਾੜਾ ਹੁਸ਼ਿਆਰਪੁਰ ਤੱਕ ਦੇ ਗਾਹਕ ਨੇ ਜੀ ਔਰ ਸਾਡੀ ਲੋਕਲ ਤਹਿਸੀਲ ਦੇ ਤਾਂ ਸਾਰੇ ਕਸਟਮਰ ਨੇ तकरीबन ਨੇੜੇ ਤੇੜੇ ਦੇ ਪਿੰਡਾਂ ਦੇ ਬਹੁਤ ਹੀ ਗਰਾਹ ਘਰੋਂ ਹੀ ਆ ਕੇ ਪਿਆਜ ਲੈ ਜਾਂਦੇ ਜੀ। ਨੌਜਵਾਨ ਨੇ ਅੱਜ ਕੱਲ ਕੇ ਬਾਹਰ ਜਾਣ ਦਾ ਵਿਦੇਸ਼ਾਂ ਦਾ ਰੁਖ ਕਰ ਰਹੇ ਆ। ਤੁਸੀਂ ਆਪਣੇ ਹੀ ਸੂਬੇ 'ਚ ਰਹਿ ਕੇ ਆਪਣੇ ਦੇਸ਼ 'ਚ ਰਹਿ ਕੇ ਇੱਥੇ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਉਹਨੂੰ ਪਰਫੁੱਲਿਤ ਕਰਿਓ ਤੁਸੀਂ ਹੋਰ ਵੀ ਅੱਗੇ ਜਾ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ? ਦੇਖੋ ਜੀ ਮੇਨ ਸਮੱਸਿਆ ਤਾਂ ਪੈਸਾ ਕਮਾਉਣ ਦੀ ਆ ਜੀ। ਅਗਰ ਸਾਨੂੰ ਆਪਣੇ ਸੂਬੇ ਦੇ ਵਿੱਚ ਰਹਿ ਕੇ ਆਪਣੇ ਜ਼ਿਲ੍ਹੇ ਦੇ ਵਿੱਚ ਰਹਿ ਕੇ ਜਾਂ ਆਪਣੇ ਘਰ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪੈਸਾ ਕਮਾ ਸਕਦੇ ਆ ਤਾਂ ਸਾਨੂੰ ਵਿਦੇਸ਼ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਅਗਰ ਤੁਹਾਨੂੰ ਇੱਥੇ ਕੋਸ਼ਿਸ਼ ਕਰਨੀ ਚਾਹੀਦੀ ਆ ਕੋਸ਼ਿਸ਼ ਕਰਨ ਦੇ ਨਾਲ ਇਦਾਂ ਹੁੰਦੀ ਆ ਕਿ ਮਿਹਨਤ ਕਰੋ ਤੇ ਕਦੇ ਵੀ ਕਿਸੇ ਦੰਦੇ ਦੀ ਮਿਹਨਤ ਕਰਦੇ ਦੀ ਹਾਰ ਨਹੀਂ ਹੋਈ ਅਗਰ ਨਹੀਂ ਤੁਹਾਡਾ ਕਿਤੇ ਹੱਥ ਪੱਲਾ ਪੈਂਦਾ ਨਹੀਂ ਤੁਸੀਂ ਕਿਸੇ ਕੰਮ ਚ ਸਫਲ ਹੋਏ ਤਾਂ ਫੇਰ ਭਾਵੇਂ ਤੁਸੀਂ ਬਾਹਰ ਚਲੇ ਜਾਓ ਲੇਕਿਨ ਕੋਸ਼ਿਸ਼ ਜ਼ਰੂਰ ਕਰੋ ਜੇਕਰ ਅੱਜ ਦੇ ਮੌਜੂਦਾ ਸਮੇਂ ਦੀ ਗੁਰਵਿੰਦਰ ਜੀ ਗੱਲ ਕੀਤੀ ਜਾਵੇ ਤਾਂ ਜਿਹੜਾ ਕਿਸਾਨ ਆ ਉਹ ਪੂਰੀ ਤਰ੍ਹਾਂ ਕਰਜ਼ੇ ਦੇ ਵਿੱਚ ਫਸ ਕੇ ਰਹਿ ਚੁੱਕਾ ਉਹਨਾਂ ਦਾ ਕਹਿਣਾ ਕਿ ਆਮਦਨ ਨਹੀਂ ਹੋ ਰਹੀ ਆ ਜੋ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੇ ਉੱਪਰ ਕੇ ਸਾਹਮਣੇ ਆਉਂਦੀਆਂ ਨੇ ਤਾਂ ਅਖਬਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਖਬਾਰਾਂ ਦੀਆਂ ਸੁਰਖੀਆਂ ਹੈਡਲਾਈਨਸ ਬਣੀਆਂ ਹੁੰਦੀਆਂ ਨੇ ਕਿ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਜਾ ਰਹੀ ਹੈ ਇਸ ਦੇ ਬਾਵਜੂਦ ਤੁਸੀਂ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ ਕੀ ਟਿੱਪਣੀ ਕਰੋਗੇ ਇਹਦੇ ਬਾਰੇ ਖੁਦਕੁਸ਼ੀਆਂ ਦਾ 메ਨ ਸਿਲਸਲਾ ਤਾਂ ਹੀ ਸਾਡੇ ਖਰਚੇ ਆ ਜੀ ਅਸੀਂ ਜਿੰਨੇ ਵਧਾਈ ਜਾਵਾਂਗੇ ਉਨਾ ਸਾਡੇ ਸਿਰ ਤੇ ਕਰਜ਼ਾ ਚੜੀ ਜਾਣਾ ਜੀ ਜ਼ਮੀਨਾਂ ਆਬਾਦੀ ਵਧੀ ਜਾਂਦੀ ਹੈ ਜੀ ਜ਼ਮੀਨਾਂ ਘਟੀ ਜਾਂਦੀਆਂ ਨੇ ਛੋਟਾ ਕਿਸਾਨ ਵੀ ਹੈ ਜਿਹੜਾ ਉਹ ਵੱਡਿਆਂ ਕਿਸਾਨਾਂ ਦੀ ਰੀਸ ਕਰਦਾ ਠੇਕੇ ਤੇ ਜ਼ਮੀਨ ਲੈਂਦਾ ਮਹਿੰਗੇ ਟਰੈਕਟਰ ਲੈਂਦਾ ਮਹਿੰਗੀਆਂ ਗੱਡੀਆਂ ਦਾ ਸ਼ੌਂਕ ਪਾਲਦਾ ਜੀ ਉਹਦੇ ਵਿੱਚ ਕਮਾਈ ਦੇ ਸਾਧਨ ਉਹੀ ਨੇ ਜੀ ਖਰਚਾ ਵੱਧ ਚੁੱਕਿਆ ਸਰਕਾਰ ਫਸਲਾਂ ਦੇ ਸਮਰਥਨ ਮੁੱਲ ਸੀਮਤ ਦੇ ਰਹੀ ਹੈ ਜੀ ਤੇ ਇਹਦੇ ਵਿੱਚ ਸਾਡੀਆਂ ਜਿਹੜੀ ਲਾਗਤ ਹੈ ਉਹ ਉਹ ਸਾਡੀ ਆਮਦਨ ਤੋਂ ਵੀ ਵੱਧ ਜਾਂਦੀ ਹੈ ਕਿਸੇ ਵਕਤ ਤੇ ਲੇਕਿਨ ਅਸੀਂ ਫਿਰ ਵੀ ਉਹ ਮੰਨਦੇ ਨਹੀਂ ਬਦਲ ਕੇ ਖੇਤੀ ਕਰਨ ਦੀ ਸੋਚਦੇ ਨਹੀਂ ਲੇਕਿਨ ਅਗਰ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਹੈ ਤਾਂ ਇਹ ਸੰ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਹੋਰ ਨਾਲ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਦੇਸ਼ ਵਿੱਚ ਆਪਣੇ ਸੂਬੇ ਜ ਆਪਣੇ ਘਰਾਂ ਚ ਹੀ ਰਹਿ ਕੇ ਕੋਈ ਨਾ ਕੋਈ ਕੀਤਾ ਅਪਣਾ ਕੇ ਵਧੀਆ ਮੁਨਾਫਾ ਕਮਾ ਸਕਦੇ ਨੇ ਕੈਮਰਾ ਪਰਸਨ ਜਸਵੀ ਕੁਮਾਰ ਦੇ ਨਾਲ ਚੇਤਨ ਕਸ਼ਪ ਹੁਸ਼ਾਰਪਰ ਨਿਊਜ਼